ਬਹੁਤ ਕੁਰਬਾਨੀ ਦਿੱਤੀਆਂ ਨੇ, ਅਤੇ ਤੁਸੀਂ ਸਾਰੇ ਨਾ ਆਪਣੇ ਬੱਚਿਆਂ ਨੂੰ ਇਹ ਦੱਸਿਆ ਕਰੋ ਕਿ ਆਪਣੇ ਸਾਹਿਬਜ਼ਾਦੇ ਦੇ ਨਾਂ ਉਹਨਾਂ ਦੇ ਜਿਹੜੀ ਸ਼ਹਾਦਤਾਂ ਨੇ ਉਹਨਾਂ ਬਾਰੇ ਜਾਣੂ ਕਰਾਇਆ ਕਰੋ, ਕਿਉਂਕਿ ਜੇ ਆਪਾਂ ਦੱਸਾਂਗੇ ਤਾਂ ਹੀ ਆਪਣੇ ਬੱਚਿਆਂ ਨੂੰ ਪਤਾ ਲੱਗੂਗਾ ਨਾ। ਮੋਬਾਈਲ 'ਤੇ ਵੀ ਰਹਿੰਦੇ ਨੇਗੇ ਬੱਚੇ, ਮੋਬਾਈਲ ਤੋਂ ਵੀ ਦਿਖਾਇਆ ਕਰੋ, ਅਤੇ ਇਹ ਕੱਲ੍ਹ ਨੂੰ ਇਹ ਨਾ ਕਹਿਣ ਕਿ ਮੰਮਾ ਇਹ ਕੌਣ ਨੇ, ਜਾਂ ਆਪਣਾ ਕੋਈ ਵੀ ਰਿਸ਼ਤਾ ਰਿਲੇਸ਼ਨ ਦਾ ਨਾਂ ਲੈ ਕੇ ਕਹਿਣ ਕਿ ਇਹ ਕੌਣ ਨੇ, ਕਿਉਂਕਿ ਬੱਚੇ ਅੱਜ ਕੱਲ੍ਹ ਗੇਮਾਂ ਵਿੱਚ ਬਹੁਤ ਜ਼ਿਆਦਾ ਮਸਤ ਹੋ ਰਹੇ ਨੇਗੇ। ਅਤੇ ਇਹ ਸਾਡਾ ਫਰਜ਼ ਬਣਦਾ ਕਿ ਅਸੀਂ ਆਪਣੇ ਇਤਿਹਾਸ ਬਾਰੇ ਆਪਣੇ ਬੱਚਿਆਂ ਨੂੰ ਜਾਣੂ ਕਰਾਈਏ, ਜਾਂ ਚਲੋ ਜਿੰਨੇ ਜੋਗੇ ਹੈਗੇ ਆਪਾਂ ਓਨੀ ਕੁ ਤਾਂ ਕਰ ਸਕਦੇ ਹਾਂ ਨਾ, ਜ਼ਿਆਦਾ ਨਹੀਂ, ਜਿੰਨੇ ਜੋਗੇ ਹੈਗੇ ਹਾਂ, ਜਿੰਨਾ ਕੁ ਆਪਾਂ ਨੂੰ ਪਤਾ ਠੀਕ ਆ ਨਾ, ਓਨਾ ਕੁ ਤਾਂ ਕਰ ਸਕਦੇ ਹਾਂ ਨਾ ਆਪਾਂ। ਇਹ ਆਪਣੀ ਜ਼ਿੰਮੇਵਾਰੀ ਬਣਦੀ ਆ ਕਿ ਅਸੀਂ ਆਪਣੇ ਬੱਚਿਆਂ ਨੂੰ ਦੱਸੀਏ, ਆਪਣੇ ਇਤਿਹਾਸ ਬਾਰੇ ਦੱਸੀਏ, ਸਮੇਂ ਸਮੇਂ 'ਤੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਾਈਏ। ਗੁਰਦੁਆਰਾ ਸਾਹਿਬ ਵਿੱਚ ਅਜਾਇਬ ਘਰ ਬਣੇ ਹੁੰਦੇ ਨੇਗੇ ਨਾ, ਸਰੂਪ ਲੱਗੇ ਹੁੰਦੇ ਨੇ, ਉਹਨਾਂ ਤੋਂ ਮਤਲਬ ਦੱਸੀਏ ਕਿ ਆਪਣੀ ਜੋ ਸੀਗੇ ਜੋ ਇਤਿਹਾਸ ਆਪਣਾ ਉਹ ਆਹ ਵਾ, ਉਹਨੂੰ ਦੇਖ ਕੇ ਬੱਚੇ ਕਦੇ ਤੁਹਾਡੇ ਵਿਗੜਨਗੇ ਹੀ ਨਹੀਂ। ਜਿਹੜੇ ਕਹਿ ਦਿੰਦੇ ਨੇ ਕਿ ਸਾਡਾ ਬੱਚਾ ਹੱਥ 'ਚੋਂ ਗਿਆ, ਸਾਡਾ ਬੱਚਾ ਵਿਗੜ ਗਿਆ, ਜਦੋਂ ਤੁਸੀਂ ਇਹ ਜਾਣੂ ਕਰਾਉਂਗੇ ਆਪਣੇ ਬੱਚਿਆਂ ਨੂੰ ਆਪਣੇ ਇਤਿਹਾਸ ਨਾਲ, ਠੀਕ ਆ ਨਾ, ਕਿ ਅਸੀਂ ਆ ਹਾਂ, ਅਤੇ ਉਹ ਕਦੇ ਗਲਤ ਰਾਹ 'ਤੇ ਨਹੀਂ ਪੈਣਗੇ, ਠੀਕ ਆ ਨਾ। ਆਪਾਂ ਆਪਣੇ ਬੱਚਿਆਂ ਨੂੰ ਆਪਣੇ ਸੀਨੇ ਨਾਲ ਲਾ ਕੇ ਰੱਖਦੇ ਹਾਂ, ਇੰਨੀ ਠੰਡ 'ਚ ਛੋਟੇ ਸਾਹਿਬਜ਼ਾਦੇ ਵੱਡੇ ਸਾਹਿਬਜ਼ਾਦੇ ਜਿਵੇਂ ਸ਼ਹੀਦ ਕੀਤੇ ਨੇਗੇ, ਰੂਹ ਕੰਬਦੀ ਆ ਜੇ ਇਹ ਸੁਣ ਕੇ ਵੀ ਆ ਇਤਿਹਾਸ ਹੈ ਆਪਣਾ। ਸ਼ੁਰੂ ਕਰਦੇ ਆਪਾਂ ਅੱਜ ਦਾ ਵਲੌਗ, ਅਤੇ ਕੰਮਾਂ ਕਾਰਾਂ ਨੂੰ ਸਾਂਭਦੇ ਹੋਏ ਚਲੋ ਜੀ ਸ਼ੁਰੂ ਕਰਦੇ ਆਪਾਂ ਅੱਜ ਦਾ ਵਲੌਗ, ਅਤੇ ਤੁਸੀਂ ਵੀਡੀਓ ਨੂੰ ਐਂਡ ਤੱਕ ਦੇਖਿਓ। ਅਤੇ ਜੇ ਮੇਰੇ ਚੈਨਲ 'ਤੇ ਨਵੇਂ ਹੋ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਿਓ, ਅਤੇ ਬੈਲ ਆਈਕਨ ਦੀ ਘੰਟੀ ਨੂੰ ਦਬਾਇਓ ਤਾਂ ਕਿ ਤੁਹਾਨੂੰ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਮਿਲਦੀ ਰਹੇ। ਬੈਲ ਆਈਕਨ ਦੀ ਘੰਟੀ ਸਾਈਡ 'ਤੇ ਜਦੋਂ ਕਾਲੇ ਰੰਗ ਦਾ ਸਬਸਕ੍ਰਾਈਬਰ ਦਾ ਹੁੰਦਾ ਨਾ, ਉਹਨੂੰ ਟੱਚ ਕਰੋਗੇ ਨਾਲ ਹੀ ਉਹਦੇ ਘੰਟੀ ਜੀ ਆ ਜਾਂਦੀ ਹੈ, ਸਭ ਤੋਂ ਉੱਪਰਲੀ ਘੰਟੀ ਹੁੰਦੀ ਆ ਉਹਨੂੰ ਬੈਲ ਆਈਕਨ ਦੀ ਘੰਟੀ ਕਹਿੰਦੇ ਨੇ, ਕਿ ਉਹਦੇ ਨਾਲ ਫਿਰ ਜਦੋਂ ਵੀ ਵੀਡੀਓ ਮੈਂ ਪਾਊਂਗੀ ਅਪਲੋਡ ਕਰੂੰਗੀ ਤਾਂ ਤੁਹਾਨੂੰ ਸ਼ੋ ਹੋ ਜੂਗੀ। ਉਹ ਇੱਕ ਵਾਰੀ ਉਹ ਕਰਨੀ ਪੈਂਦੀ ਹੁੰਦੀ ਹੈ ਜੀ, ਜੇ ਤੁਸੀਂ ਦੁਬਾਰਾ ਕਰੋਗੇ ਤਾਂ ਫਿਰ ਉਹ ਮਤਲਬ ਉਹ ਨਹੀਂ ਹੁੰਦੀ ਹੈਗੀ, ਜੇ ਇੱਕ ਵਾਰੀ ਦੱਬੋਗੇ ਫਿਰ ਹੀ ਤੁਹਾਨੂੰ ਨੋਟੀਫਿਕੇਸ਼ਨ ਮਿਲੂਗੀ, ਠੀਕ ਹੈ ਜੀ। ਚਲੋ ਜੀ ਸ਼ੁਰੂ ਕਰਦੇ ਹਾਂ ਅੱਜ ਦਾ ਵਲੌਗ।